सत श्री अकाल किसान भराओ, बहुत ही माड़ी खबर आ जिहड़ी ओह पिंड जौल पिंड जिला तरन तारण तों आ रही है भी कणक नूं अग लगन दे नाल कंपैन नूं जिहड़ी ओह अग लग गई ते कंपैन जिहड़ी आ बिल्कुल सड़ के वो सुआह हो गई है। बहुत ज़्यादा नुकसान किसान वीर दा होया वा, 25-30 लाख दी निश मशीन सी जिहड़ी सड़ के सारी सुआह हो गई है। सो किसान वीरो बेनती आ भी ਜਦੋਂ ਵੀ ਕੋਈ ਬੈਰਿੰਗ ਮਸ਼ੀਨ ਦਾ ਗਰਮ ਹੁੰਦਾ, ਰੀਲ ਦਾ ਬੈਰਿੰਗ ਰੀਲ ਦੇ ਵਿੱਚ ਕੁਛ ਫਸਦਾ, ਰੀਲ ਦਾ ਬੈਰਿੰਗ ਗਰਮ ਹੁੰਦਾ, ਉਦੋਂ ਅੱਗ ਲੱਗਣ ਦੇ ਚਾਂਸ ਜ਼ਿਆਦਾ ਹੁੰਦੇ ਆ। ਸੋ ਇਹ ਪਤਾ ਨਹੀਂ ਲੱਗ ਸਕਿਆ ਜੇ ਵੀ ਕਿਹੜੇ ਕਾਰਨਾਂ ਕਰਕੇ ਅੱਗ ਲੱਗੀ ਆ, ਪਰ ਮਸ਼ੀਨ ਵਾਲੇ ਵੀਰਾਂ ਨੂੰ ਬੇਨਤੀ ਆ ਵੀ ਧਿਆਨ ਰੱਖਿਆ ਕਰੋ, ਕੋਈ ਬੈਰਿੰਗ ਗਰਮ ਨਾ ਹੋਵੇ। ਜਦੋਂ ਬੈਰਿੰਗ ਗਰਮ ਹੋ ਕੇ ਨਾੜ ਵਿੱਚ ਫਸ ਗਿਆ, ਉਦੋਂ ਨਾਲ ਗਰਮ ਹੋ ਕੇ ਵੀ ਅੱਗ ਲੱਗਣ ਦੇ ਜਿਹੜੇ ਉਹ ਚਾਂਸ ਪੂਰੇ ਪੂਰੇ ਜ਼ਿਆਦਾ ਹੋ ਜਾਂਦੇ ਹਨ। ਅਤੇ ਇੱਕ ਮੇਰੇ ਵੀਰ ਬੀੜੀ ਤੰਬਾਕੂ ਜਿਹੜੇ ਪੀਂਦੇ ਵੀਰ ਬੀੜੀਆਂ ਪੀਂਦੇ ਜਿਹੜੇ ਉਹ ਉਹਨਾਂ ਨੂੰ ਮੇਰਾ ਸੁਨੇਹਾ ਹੋਈ ਹੈ ਵੀ ਇਸ ਆਹ ਜਿਹੜੇ ਦਿਨਾਂ ਦੇ ਵਿੱਚ ਬੀੜੀਆਂ ਬਾ ਪੀਣੀਆਂ ਅਤੇ ਆਪਣੇ ਘਰਾਂ 'ਚ ਬਹਿ ਕੇ ਪੀਓ, ਬਾਹਰ ਨਾ ਇਹੋ ਜਿਹਾ ਕੰਮ ਕਰੋ, ਕਿਉਂਕਿ ਬਾਹਰ ਲੱਖਾਂ ਕਰੋੜਾਂ ਦਾ ਜਿਹੜੀ ਫਸਲ ਕਿਸਾਨਾਂ ਦੀ ਖੜੀ ਹੈ। ਬਹੁਤ ਥਾਵਾਂ ਤੋਂ ਜਿਹੜੀਆਂ ਮਾੜੀਆਂ ਖਬਰਾਂ ਆ ਰਹੀਆਂ, ਕਣਕ ਵੀ ਸੜੀ ਹੈ ਕਾਫੀ, ਇੱਥੇ ਬਹੁਤ ਜਗ੍ਹਾ ਤੋਂ ਮਾੜੀਆਂ ਖਬਰਾਂ ਆ ਰਹੀਆਂ ਵੀ ਇੰਨੇ ਕਣਕ ਸੜ ਕੇ ਸੁਆਹ ਹੋ ਗਈ, ਇੱਥੇ ਇੰਨਾ ਕਣਕ ਸੜ ਕੇ ਸੁਆਹ ਹੋ ਗਈ। ਕਈਆਂ ਥਾਵਾਂ 'ਤੇ ਇਹੋ ਜਿਹੀਆਂ ਵੀਡੀਓ ਦੇਖਣ ਨੂੰ ਮਿਲੀਆਂ ਵੀ ਲੋਕ ਆਪ ਹੀ ਅੱਗ ਲਾਉਣ ਦੀ ਕੋਸ਼ਿਸ਼, ਕੋਈ ਕਿਸੇ ਨਾਲ ਕਿੜ ਕੱਢਣ ਦੇ ਕਰਕੇ ਅੱਗ ਲਾਉਣ ਦੀ ਕੋਸ਼ਿਸ਼ ਕਰਦਾ। ਇੱਕ ਥਾਂ ਵੀਡੀਓ ਆਈ ਹੈ ਵੀ ਸੀਸਾ ਰੱਖ ਕੇ ਥੱਲੇ ਕਾਗਜ਼ ਰੱਖ ਕੇ ਸੂਰਜ ਦੀ ਰੌਸ਼ਨੀ ਨਾਲ ਅੱਗ ਲਾਉਣ ਨੂੰ, ਦੂਜੀ ਜਗ੍ਹਾ ਉੱਪਰ ਸੰਗਲ ਸੁੱਟ ਦਿੰਦੇ ਆ ਤਾਰ ਦੇ। ਸੋ ਵੀਰੋ ਇਹੋ ਜਿਹੀਆਂ ਚੀਜ਼ਾਂ ਤੋਂ ਬਚੋ, ਨਾ ਇਹੋ ਜਿਹੇ ਕੰਮ ਕਰੋ।